ਇਹ ਜਿਹੜੀ ਕਨਾਲ ਆ ਇਹ 3 ਮੀਟਰ ਡੂੰਗੀ ਆ। ਇੱਥੇ ਐਮਸਟਰਡਮ ਦੇ ਵਿੱਚ ਇੱਕ ਘਰ ਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਛੋਟਾ ਵਾ, ਉਹ ਸਾਹਮਣੇ ਜਿੱਥੇ ਤੁਸੀਂ ਸਿਕਿਉਰਿਟੀ ਕੈਮਰਾ ਦੇਖ ਰਹੇ ਹੋ, ਆਹ ਵਾਲਾ ਘਰ ਆ, ਉਹ ਸਾਰੇ ਘਰ ਦਾ ਟਿਲਟਡ ਨੇ। ਇੱਥੇ ਕਾਫੀ ਆ ਪੁਰਾਣੀਆਂ ਟਰੈਮਾਂ ਵੀ ਚੱਲਦੀਆਂ ਨੇ। ਪਹਿਲੇ ਮੀਟਰ ਤੇ ਤੁਹਾਨੂੰ ਸਾਈਕਲ ਮਿਲਣਗੇ, ਜਿਹੜੀਆਂ ਸਾਈਕਲਾਂ ਵਾ ਉਹ 1.3 ਮਿਲੀਅਨ ਆ। ਉੱਥੇ ਐਮਸਟਰਡਮ ਦਾ ਸਭ ਤੋਂ ਮਹਿੰਗਾ ਹੋਟਲ ਆ ਤੇ ਉਹ ਜਿਹੜਾ ਵਾਈਟ ਬਿਲਡਿੰਗ ਨਾ, ਉਹਦੇ ਵਿੱਚ ਇੱਕ ਰੂਮ ਆ ਦਾ ਜਿਹੜਾ ਰੈਂਟ ਆ ਉਹ ਹੈਗਾ ਵਾ 25,000 ਯੂਰੋ। ਜੋ ਲੋਕੀ ਡਰੰਕ ਹੁੰਦੇ ਆ ਤੇ ਉਦੋਂ ਥੱਲੇ ਸੁੱਟ ਦਿੰਦੇ ਆ, ਤਾਂ ਕਨਾਲ ਦੇ ਵਿੱਚ ਤੁਹਾਨੂੰ ਸਾਈਕਲ ਬਹੁਤ ਜ਼ਿਆਦਾ ਮਿਲਣਗੇ। ਆ ਜਿਹੜਾ ਵੀ ਸਾਹਮਣੇ ਘਰ ਦੇਖ ਰਹੇ ਹੋ ਇਹ 1590 ਚ ਬਣਿਆ ਸੀ। ਸਿਮ ਮਿਲ ਚੁੱਕੀ ਆ ਜੀ। ਆ ਜਿਹੜੇ ਮੈਂ ਸ਼ੋਪ 'ਚ ਆਇਆ ਵਾਂ ਇਹ ਸਾਰੀ ਔਰਗੈਨਿਕ ਸ਼ੋਪ ਆ, ਸੋ ਤਾਂ ਹੀ ਮੈਨੂੰ ਇੱਥੇ ਕੋਈ ਕੋਲਡ ਡਰਿੰਕ ਨਹੀਂ ਦਿਖ ਰਹੀ, ਨਾ ਹੀ ਰੈਡ ਬੁਲ ਦਿਖ ਰਹੀ ਆ। ਇੱਥੇ ਵੀ ਆ ਬਟਨ ਪ੍ਰੈਸ ਕਰਨਾ ਪੈਂਦਾ ਵਾ ਰੋਡ ਕ੍ਰੋਸ ਕਰਨ ਤੋਂ ਪਹਿਲਾਂ। ਤੁਸੀਂ ਯਾਰ ਦੇਖ ਸਕਦੇ ਕੀ ਹਾਲ ਬਣਿਆ ਪਿਆ ਯਾਰ, ਕਿੰਨਾ ਜ਼ਿਆਦਾ ਗੰਦ ਆ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ, ਠੀਕ ਠਾਕ ਜੋ। ਐਮਸਟਰਡਮ ਦੇ ਵਿੱਚ ਅੱਜ ਯਾਰ ਹੋਣਾ ਦਾ ਪਹਿਲਾ ਦਿਨ ਆ ਜੀ, ਅਤੇ ਅੱਜ ਵੈਦਰ ਇੰਨਾ ਕੁ ਜ਼ਿਆਦਾ ਵਧੀਆ ਹੋਇਆ ਵਾ। ਕੱਲ੍ਹ ਮੈਂ ਗਲਤੀ ਕੀਤੀ ਸੀ, ਇੰਡੀਆ ਤੋਂ ਸਿਰਫ ਇੱਕ ਟੀ ਸ਼ਰਟ ਪਾ ਕੇ ਆਇਆ ਸੀ ਅਤੇ ਅੱਜ ਸਵੈਟ ਸ਼ਰਟ ਪਾ ਲਈ ਹੋਈ ਆ, ਸੋ ਅੱਜ ਵੈਦਰ ਬਹੁਤ ਹੀ ਜ਼ਿਆਦਾ ਸੋਹਣਾ ਵਾ। ਤੁਸੀਂ ਪਿੱਛੇ ਦੇਖ ਸਕਦੇ ਹੋ। ਵੈਲਕਮ ਟੂ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਕੈਂਟ ਹੋ। ਟਾਈਮ 11:30 ਹੋ ਗਏ ਆ ਅਤੇ ਬਸ ਹੁਣ ਮੈਂ ਆਪਣੇ ਹੋਟਲ ਤੋਂ ਨਿਕਲ ਚੁੱਕਿਆ, ਮੈਨੂੰ ਕੁਛ ਨਹੀਂ ਪਤਾ ਕਿੱਥੇ ਘੁੰਮਣਾ ਵਾ, ਸੋ ਬਾਹਰ ਚੱਲਦੇ ਹਾਂ ਅਤੇ ਦੇਖਦੇ ਹਾਂ ਜਿਹੜੀ ਜਗ੍ਹਾ ਵਧੀਆ ਲੱਗੀ। ਇੱਕ ਤਾਂ ਇੱਥੇ ਕਨਾਲ ਟੂਰ ਹੁੰਦਾ ਵਾ, ਇੱਕ ਕਰੂਜ਼ ਬੋਟਾਂ ਜੀਆਂ ਹੁੰਦੀਆਂ, ਸੋ ਉਹਦੇ ਵਿੱਚ ਘੁੰਮਾਉਂਦੇ ਆ। ਅਤੇ ਇੱਥੇ ਯਾਰ ਐਮਸਟਰਡਮ ਦੇ ਵਿੱਚ ਸਾਈਕਲ ਇੰਨੇ ਕੁ ਜ਼ਿਆਦਾ ਹੈ ਨਾ, ਆਹ ਦੇਖਿਓ ਕੀ ਹਾਲ ਬਣਿਆ ਪਿਆ। ਆਹ ਤਾਂ ਹਾਲੇ ਕੁਛ ਵੀ ਨਹੀਂ ਆ, ਹਰ ਮੋੜ 'ਤੇ ਹਰ ਜਗ੍ਹਾ ਤੁਹਾਨੂੰ ਸਾਈਕਲ ਦਿਖਣਗੇ, ਅਤੇ ਸਾਈਕਲ ਇੰਨੀ ਤੇਜ਼ ਭਜਾਉਂਦੇ ਆ ਯਾਰ। ਕੱਲ੍ਹ ਰਾਤ ਕੀ ਦੱਸੀਏ, 3-4 ਐਕਸੀਡੈਂਟ ਮੈਂ ਖੁਦ ਦੇਖਿਆ, ਲੋਕ ਇੱਦਾਂ ਸਾਈਡ 'ਤੇ ਤੁਰ ਰਹੇ ਹੁੰਦੇ, ਆਹ ਸਾਈਕਲ ਲਏ ਨਾ ਸਾਰੀ ਆਪਣੀ, ਅਤੇ ਟੀਅਰ 'ਚ ਗਲਤੀ ਨਾਲ ਵੀ ਤੁਰ ਰਹੇ ਹੋ ਤਾਂ ਜੇ ਪਿੱਛੋਂ ਕੋਈ ਸਾਈਕਲ ਵਾਲਾ ਆ ਗਿਆ ਤਾਂ ਉਹਨੇ ਤੁਹਾਨੂੰ ਠੋਕ ਕੇ ਚੱਲ ਜਾਣਾ ਵਾ, ਕਿਉਂਕਿ ਮੁੰਡੇ ਮੰਡੇ ਚਲਾਉਂਦੇ ਯਾਰ ਸਾਰੇ, ਤੰਗ ਕਰਦੇ ਆ। ਹੁਣ ਚੱਲਦੇ ਹਾਂ ਜੀ, ਗੂਗਲ ਮੈਪ ਮੈਂ ਡਾਊਨਲੋਡ ਕਰ ਲਿਆ ਹੋਇਆ ਵਾ, ਈ ਸਿਮ ਮੈਂ ਬਾਏ ਕਰਨ ਦੀ ਟਰਾਈ ਕਰਨਾ ਸੀ, ਪਰ ਯਾਰ ਮੇਰਾ ਉਹ ਆਈਫੋਨ ਦਾ ਰੀਜਨ ਹੀ ਚੇਂਜ ਨਹੀਂ ਹੁੰਦਾ, ਉਹ ਹਲੇ ਸਟਿਲ ਇੰਡੀਆ ਵਾ, ਸੋ ਹੁਣ ਆਪਾਂ ਕਿਸੇ ਸਟੋਰ ਤੋਂ ਸਿਮ ਬਾਏ ਕਰਦੇ ਹਾਂ ਅਤੇ ਥੋੜ੍ਹੇ ਨੈਟਵਰਕ ਆਉਂਦੇ। ਵੈਸੇ ਮੈਂ ਗੂਗਲ ਮੈਪ ਡਾਊਨਲੋਡ ਕਰ ਲਿਆ ਹੋਇਆ ਵਾ ਇੱਥੋਂ ਦਾ ਸਾਰਾ ਹੋਲੈਂਡ ਦਾ, ਸੋ ਉਹਦੇ ਕਰਕੇ ਫਿਰ ਮੈਂ ਸਾਰਾ ਟਰੈਵਲ ਕਰ ਸਕਦਾ ਵਾਂ। ਸੋ ਹੁਣ ਪਹਿਲਾਂ ਟ੍ਰੇਨ 'ਤੇ ਚੱਲਦੇ ਹਾਂ ਅਤੇ ਮੈਂ ਇੱਥੋਂ ਜਾਣਾ ਵਾਂ, ਆਈ ਥਿੰਕ 15 ਮਿੰਟ ਦੂਰ ਆ। ਆ ਛੋਟੇ ਛੋਟੇ ਬੱਚੇ ਵੀ ਸਾਰੇ ਸਾਈਕਲਾਂ 'ਤੇ, ਵੱਡੇ ਵੀ, ਜਿਹੜੇ ਕੁੜੀਆਂ ਮੁੰਡੇ ਰਾਤੀਂ ਕਲੱਬ ਜਾਂਦੇ ਆ ਉਹ ਵੀ ਸਾਈਕਲ 'ਤੇ ਹੀ ਹੁੰਦੇ ਆ, ਇਹ ਵੀ ਵਧੀਆ ਚੀਜ਼ ਆ ਯਾਰ, ਇਹ ਸਾਈਕਲ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ। ਪਰ ਯਾਰ ਇੱਕ ਗੱਲ ਆ, ਜੇ ਜਿੰਨੀਆਂ ਸਾਈਕਲ 'ਤੇ ਘੁੰਮਦੇ, ਜਿਵੇਂ ਕਹਿੰਦੇ ਆਪਣਾ ਸਾਈਕਲ ਇੱਥੇ ਸਟੈਂਡ 'ਤੇ ਖੜਾ ਕੀਤਾ, ਉਹ ਲੱਭਦੇ ਕਿੱਦਾਂ ਹੋਣਗੇ? ਹਾਲੇ ਤਾਂ ਬਹੁਤ ਥੋੜ੍ਹੇ ਸਾਈਕਲ ਤੁਹਾਨੂੰ ਦਿਖਾਉਣਾ ਅੱਗੇ, ਉੱਥੇ ਤਾਂ ਇਹ ਇੱਕ ਲਾ ਲਓ ਕਿ ਇੱਦਾਂ 100 ਮੀਟਰ ਦਾ ਪੂਰਾ ਸਾਈਕਲਾਂ 'ਤੇ ਝੁੰਡ ਲੱਗਾ ਹੋਇਆ ਵਾ, ਤੁਸੀਂ ਸਾਈਕਲ ਲੱਭ ਹੀ ਨਹੀਂ ਸਕਦੇ। ਅਤੇ ਇੱਥੋਂ ਦੀ ਜਿਹੜੀ ਐਮਸਟਰਡਮ ਦੀ ਪਬਲਿਕ ਟਰਾਂਸਪੋਰਟ ਆ ਉਹ ਵੀ ਬਹੁਤ ਜ਼ਿਆਦਾ ਮਹਿੰਗੀ ਆ, 3.5 ਯੂਰੋ ਦਾ 1 ਘੰਟੇ ਦਾ ਪਾਸ ਬਣਦਾ ਵਾ, ਅਤੇ ਇੱਥੇ ਪੂਰੇ ਦਿਨ ਦਾ ਬਣਾਉਣਾ ਵਾ ਉਹ ਬਣਦਾ ਵਾ ਆਲਮੋਸਟ 8-9 ਯੂਰੋ ਦਾ। ਸੋ ਉਹੀ ਅੱਜ ਪਾਸ ਮੈਂ ਬਾਏ ਕਰੂੰਗਾ, ਜਦ ਤਾਂ ਮੈਂ ਉਹ ਕਨਾਲ ਟੂਰ ਵੀ ਕਰ ਸਕਦਾ ਜਿਹੜੀ ਪਬਲਿਕ ਟਰਾਂਸਪੋਰਟ ਆ, ਅਤੇ ਟ੍ਰੇਨ 'ਤੇ ਵੀ ਘੁੰਮ ਸਕਦਾ, ਬੱਸ 'ਤੇ ਵੀ ਅਤੇ ਟ੍ਰੇਨ 'ਤੇ ਵੀ। ਕਿੱਦਾਂ ਗੱਡੀ ਚੈੱਕ ਕਰਿਓ, ਨਿੱਕੂ ਜੀ ਗੱਡੀ ਕੈਂਟਾਂ ਦੀ।
ਇੱਥੇ ਜ਼ਿਆਦਾਤਰ ਜਿਹੜੀਆਂ ਗੱਡੀਆਂ ਨੇ ਉਹ ਈਵੀ ਨੇ, ਟੈਸਲਾ ਨੇ, ਅਤੇ ਪੈਟਰੋਲ ਡੀਜ਼ਲ ਗੱਡੀਆਂ ਬਹੁਤ ਘੱਟ ਨੇ, ਜ਼ਿਆਦਾ ਈਵੀ ਇੱਥੇ ਯੂਜ਼ ਕਰਦੇ ਆ, ਬਾਕੀ ਜਿਹੜੇ ਗੱਡੀਆਂ ਨਹੀਂ ਯੂਜ਼ ਕਰਦੇ ਉਹ ਤਾਂ ਸਾਈਕਲ ਯੂਜ਼ ਕਰਦੇ ਆ। ਕਾਫੀ ਲੋਕ ਕਹਿੰਦੇ ਕਿ ਯੂਰਪ ਦੇ ਵਿੱਚ ਸਫਾਈ ਬਹੁਤ ਜ਼ਿਆਦਾ ਵਾ, ਪਰ ਤੁਸੀਂ ਯਾਰ ਦੇਖ ਸਕਦੇ ਕੀ ਹਾਲ ਬਣਿਆ ਪਿਆ ਯਾਰ। ਹਾਂ ਦੇਖਿਓ ਕਿੰਨਾ ਜ਼ਿਆਦਾ ਗੰਦ ਆ। ਕੁੜੀਆਂ ਮੁੰਡੇ ਸਾਰੇ ਸਾਈਕਲ ਚਲਾਉਂਦੇ ਆ, ਇੱਕ ਬਕਟ ਵਾਲਾ ਸਾਈਕਲ ਆ। ਪੂਰੇ ਸ਼ਹਿਰ ਦਾ ਵਿਡਾਗਰ ਕੀਤਾ ਹੋਇਆ, ਹਰ ਜਗ੍ਹਾ ਬੀਅਰ ਦੇ ਕੈਨ। ਬੁਰੇ ਹਾਲ ਨੇ। ਹੁਣ ਮੈਂ ਵੋਕ ਕਰਦਾ ਜਾ ਰਿਹਾ, ਸਭ ਤੋਂ ਪਹਿਲਾਂ ਕਿਸੇ ਗਰੋਸਰੀ ਸਟੋਰ ਤੋਂ ਸਿਮ ਬਾਏ ਕਰਦਾ ਵਾਂ, ਪਾਣੀ ਚੱਕਣਾ ਵਾਂ ਸਵੇਰ ਦਾ, ਕੁਝ ਖਾਧਾ ਜਿਹੜਾ ਰਾਤ ਦਾ ਪੀਜ਼ਾ ਬਚਿਆ ਸੀ, ਦੋ ਸਲਾਈਸ ਉਹੀ ਖਾ ਲਿਆ। ਪਰ ਸਵਾਦ ਲੱਗਣ ਦੇ ਸਵੇਰੇ, ਰਾਤੀ ਸਵਾਦ ਨਹੀਂ ਲੱਗਣ ਦਿਆ, ਪਰ ਸਵੇਰੇ ਜ਼ਿਆਦਾ ਸਵਾਦ ਲੱਗਣ ਦਿਆ ਸੀ। ਅਰੇ ਭੁੱਖ ਲੱਗੀ ਸੀ ਨਾ ਯਾਰ, ਤਾਂ ਕਰਕੇ ਪਤਾ ਨਹੀਂ ਲੱਗਦਾ ਯਾਰ ਗਰੋਸਰੀ ਸਟੋਰ ਕਿਹੜਾ ਵਾ। ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਆ, ਸੋ ਫੋਨ ਆਪਾਂ ਡਰਾਈਵਰ 'ਤੇ ਲਾ ਲਿਆ ਵਾ, ਨਾਲ ਮਾਈਕ ਵੀ ਅਟੈਚ ਕਰ ਲਿਆ ਹੋਇਆ ਵਾ, ਸੋ ਇਹਦੇ ਨਾਲ ਆਵਾਜ਼ ਥੋੜ੍ਹੀ ਵਧੀਆ ਆਊਗੀ। ਅਤੇ ਯਾਰ ਵੈਦਰ ਦੀ ਗੱਲ ਕਰੀਏ, ਵੈਦਰ ਇੰਨਾ ਸੋਹਣਾ ਹੋਣਾ ਯਾਰ, ਵਿੱਚੇ ਧੁੱਪ ਚੜ੍ਹ ਜਾਂਦੀ ਆ ਅਤੇ ਵਿੱਚੇ ਬੱਦਲ ਆ ਜਾਂਦੇ ਆ, ਸੋ ਘੈਂਟ ਵੈਦਰ ਆ। ਇੱਥੋਂ ਦਾ ਐਮਸਟਰਡਮ ਦਾ ਯਾਰ ਜਿਹੜਾ ਇਨਫਰਾਸਟ੍ਰਕਚਰ ਆ ਨਾ, ਉਹ ਬਹੁਤ ਹੀ ਸੋਹਣਾ ਮਾਨ ਦੇਖਿਓ, ਇੱਧਰ ਆ ਹੋਟਲ ਕਿੰਨੇ ਸੋਹਣੇ ਬਣੇ ਹੋਏ ਆ ਕਨਾਲ ਦੇ ਬਿਲਕੁਲ ਨਾਲ ਹੀ। ਇੱਥੇ ਐਮਸਟਰਡਮ ਦੇ ਵਿੱਚ ਟੋਟਲ 160 ਕਨਾਲਸ ਆ, ਅਤੇ ਜਿਹੜੇ ਕਨਾਲਸ ਉੱਪਰ ਬ੍ਰਿਜ ਆ ਉਹ 900 ਆ, 900 ਬ੍ਰਿਜ ਆ ਇੱਦਾਂ ਦੇ। 90% ਲੋਕ ਜਾਂ ਤਾਂ ਪੈਦਲ ਤੁਰਦੇ ਆ ਜਾਂ ਸਾਈਕਲ 'ਤੇ, 10% ਨੇ ਜਿੰਨਾ ਕੋਲ ਗੱਡੀਆਂ ਨੇ, ਕਿਉਂਕਿ ਯੂਰਪ ਦੇ ਵਿੱਚ ਇੱਕ ਗੱਡੀ ਨੂੰ ਇੱਥੇ ਅਫੋਰਡ ਕਰਨਾ, ਉਹਦੀ ਮੇਨਟੇਨੈਂਸ ਬਹੁਤ ਜ਼ਿਆਦਾ ਔਖੀ ਆ। ਇੱਥੇ ਵੀ ਆ ਬਟਨ ਪ੍ਰੈਸ ਕਰਨਾ ਪੈਂਦਾ ਵਾ ਰੋਡ ਕ੍ਰੋਸ ਕਰਨ ਤੋਂ ਪਹਿਲਾਂ, ਇਫ ਯੂ ਨੋ ਯੂ ਨੋ। ਕਨਾਲ ਕਰੂਜ਼ ਦੀਆਂ ਟਿਕਟਾਂ ਇੱਥੋਂ ਹੀ ਮਿਲਦੀਆਂ ਨੇ, ਪਰ ਮੈਂ ਅੱਗੇ ਜਾਣਾ ਵਾ ਜਿੱਥੇ ਮੇਨ ਹੱਬ ਆ ਕਨਾਲ ਕਰੂਜ਼ ਦਾ। ਹੋਏ ਹੋਏ ਹਵਾ, ਹਨੇਰੀ ਚੱਲ ਰਹੀ ਆ, ਹਨੇਰੀ, ਪਤਾ ਨਹੀਂ ਹਵਾ ਕਿੱਦਾਂ ਦੀ ਆ ਰਹੀ, ਆਹ ਮਾਈਕ ਕੈਪਚਰ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ। ਇੱਕ ਹੋਰ ਕਰੂਜ਼ ਆ ਗਿਆ, ਬੜੇ ਸੋਹਣੇ ਬਣਾਏ ਹੋਏ ਇਹਨਾਂ ਨੇ ਯਾਰ। ਵੈਸੇ ਰਸਤਾ ਬੰਦ ਕੀਤਾ ਹੋਇਆ ਵਾ, ਪਰ ਲੋਕਾਂ ਨੇ ਇੱਧਰੋਂ ਥੋੜ੍ਹਾ ਜਿਹਾ ਰਸਤਾ ਖੋਲ੍ਹ ਕੇ ਬਣਾਇਆ ਹੋਇਆ ਵਾ ਵਿੱਚ ਆਉਣ ਲਈ। ਯਾਰ ਇੱਥੇ ਨਾ ਜੇ ਤੁਸੀਂ ਨਵੇਂ ਨਵੇਂ ਦੇ ਨਾ ਅਤੇ ਵੋਕ ਕਰਦੇ ਹੋ, ਅਤੇ ਵੋਕ ਕਰਦੇ ਕਰਦੇ ਤੁਹਾਨੂੰ ਪਤਾ ਨਹੀਂ ਲੱਗਦਾ ਕਿੰਨੀ ਦੂਰ ਤੁਸੀਂ ਆ ਜਾਂਦੇ ਹੋ, 3-4 ਕਿਲੋਮੀਟਰ ਤੁਰ ਪੈਂਦੇ ਹੋ,
ਤੇ ਕਾਫੀ ਵਧੀਆ ਰਹਿੰਦਾ ਵਾ। ਜਦੋਂ ਕਿ ਏਦਾਂ ਵੇਖਦਾ ਮੇਰੇ ਵੱਲ ਨਾ, ਫਿਰ ਮੈਨੂੰ ਥੋੜੀ ਸ਼ਰਮ ਆ ਜਾਂਦੀ ਵਲੋਗਿੰਗ ਕਰਦਿਆਂ। ਆ ਸਾਹਮਣੇ ਆ ਜੀ ਹੈਨੀਕੇਨ ਦੀ ਬਰੋਰੀ, ਜਿੱਥੇ ਸਾਰੀ ਬੀਅਰ ਵਗੈਰਾ ਬਣਦੀ ਆ। ਇਹਦੇ ਅੰਦਰ ਵੀ ਟੂਰ ਮਿਲਦਾ ਵਾ, ਤੁਸੀਂ ਜਾ ਸਕਦੇ ਇਹਦੇ ਅੰਦਰ। ਇਹ ਕਹਿ ਦੇਖੇ ਬਕਟ ਵਾਲਾ ਸਾਈਕਲ, ਲੋਕ ਆਪਣੇ ਬੱਚੇ ਅੱਗੇ ਬਿਠਾ ਕੇ ਲੈ ਕੇ ਜਾਂਦੇ ਨੇ। ਬਰਨਾ ਬੋਏ ਦਾ ਵੀ ਇੱਥੇ ਐਮਸਟਰਡਮ ਦੇ ਵਿੱਚ ਸ਼ੋਅ ਹੈਗਾ 9 ਜੂਨ ਨੂੰ। ਹੁਣ ਮੈਂ ਸਿਮਲੈਂਡ ਜਾ ਰਿਹਾ, ਕਿਸੇ ਨੂੰ ਪੁੱਛਿਆ ਯਾਰ, ਉਹ ਕਹਿੰਦੇ ਸਾਹਮਣੇ ਕਿਸੇ ਗ੍ਰੋਸਰੀ ਸ਼ੋਪ ਤੋਂ ਮਿਲੂਗੀ। ਇੱਥੇ ਯਾਰ ਕੋਈ ਇੱਕ ਹੁੰਦਾ ਨਾ ਜਿਵੇਂ ਉੱਥੇ ਬੈਂਕਕ ਦੇ ਵਿੱਚ 7-Eleven ਆ, ਜਾਂ ਆਪਣੇ ਉੱਥੇ ਇੰਡੀਆ ਦੇ ਵਿੱਚ 24/7 ਆ, ਕੋਈ ਇੱਕ ਟਿਪੀਕਲ ਗ੍ਰੋਸਰੀ ਸਟੋਰ ਹੁੰਦੇ ਆ। ਇੱਥੇ ਕੋਈ ਹੈ ਹੀ ਨਹੀਂ ਯਾਰ, ਜਾਂ ਮੈਨੂੰ ਹੀ ਪਤਾ ਨਹੀਂ ਲੱਗ ਰਿਹਾ। ਇੱਥੇ ਯਾਰ ਇੱਕ ਲੈਂਗੁਏਜ ਦਾ ਬੜਾ ਚੱਕਰ ਆ, ਇੰਗਲਿਸ਼ ਕਿਸੇ ਨੂੰ ਸਮਝ ਨਹੀਂ ਆਉਂਦੀ। ਬਹੁਤ ਘੱਟ ਲੋਕ ਨੇ ਜਿਹੜੇ ਇੰਗਲਿਸ਼ ਅੰਡਰਸਟੈਂਡ ਕਰਦੇ ਨੇ, ਨਹੀਂ ਤਾਂ ਇਹ ਆਪਣੀ ਲੈਂਗੁਏਜ ਬੋਲਦੇ ਨੇ। ਹਾਂ ਦੇਖ ਲਓ ਇੱਥੇ ਕਿੰਨਾ ਢੇਰ ਲੱਗਾ ਸਾਈਕਲਾਂ ਦਾ। ਮੈਨੂੰ ਬਸ ਇੱਕ ਗੱਲ ਦੀ ਟੈਨਸ਼ਨ ਹੈਗੀ ਆ, ਜਿਹੜਾ ਬੰਦਾ ਇੱਥੇ ਆਪਣਾ ਸਾਈਕਲ ਪਾਰਕ ਕਰਕੇ ਗਿਆ ਹੋਊਗਾ, ਉਹ ਆ ਕੇ ਲੱਭਦਾ ਕਿਵੇਂ ਹੋਊਗਾ ਇੰਨੇ ਢੇਰ ਦੇ ਵਿੱਚ? ਪਛਾਣ ਕਿੱਦਾਂ ਹੁੰਦੀ ਹੋਊਗੀ ਆਪਣੇ ਸਾਈਕਲ ਦੀ? ਇੱਧਰ ਵੀ ਦੇਖ ਲਓ, ਉਹ ਸਾਹਮਣੇ ਟਰੈਮਾਂ ਨੇ। ਸਿਟੀ ਦੀ ਐਕਚੁਅਲ ਵਾਈਬ ਜਿਹੜੀ ਹੈ ਨਾ, ਆਹ ਟਰੈਮਾਂ ਕਰਕੇ ਹੁੰਦੀ ਆ। ਇੰਨੀ ਘੈਂਟ ਲੱਗਦੀ ਹੈ ਨਾ ਸਿਟੀ ਏਰੀਆ ਜਦੋਂ ਟਰੈਮਾਂ ਇੱਦਾਂ ਕ੍ਰੋਸ ਕਰਦੀਆਂ ਨੇ। ਇਹ ਜਿਹੜਾ ਸਾਹਮਣੇ ਝੰਡਾ ਦੇਖ ਰਹੇ ਹੋ, ਇਹ ਨੀਦਰਲੈਂਡ ਦਾ ਝੰਡਾ ਵਾ। ਅਤੇ ਯਾਰ ਨੀਦਰਲੈਂਡ ਦੇ ਵਿੱਚ ਨਾ ਪ੍ਰਾਈਡ ਨੂੰ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ, ਦੇਖ ਲਓ ਆਪਣੇ ਦੇਸ਼ ਦੇ ਝੰਡੇ ਨਾਲ ਪ੍ਰਾਈਡ ਦਾ ਝੰਡਾ ਵੀ ਲਾਇਆ ਹੋਇਆ। ਬਹੁਤ ਜ਼ਿਆਦਾ ਸਪੋਰਟ ਕਰਦੇ ਇੱਥੇ ਪ੍ਰਾਈਡ ਨੂੰ। ਇੱਥੇ ਐਮਸਟਰਡਮ ਦੇ ਜਿਹੜਾ ਮੇਨ ਗ੍ਰੋਸਰੀ ਸਟੋਰ ਹੈਗਾ, ਉਹ ਹੈਗਾ ਜੀ ਆ ਐਲਬਰਟ ਹਾਈਨ। ਬਟ ਇੱਥੇ ਸਿਮ ਨਹੀਂ ਹੈਗੀ, ਇੱਕ ਇੰਨੇ ਸਾਡਾ ਦੂਸਰਾ ਸਟੋਰ ਹੈਗਾ ਵਾ ਐਪਲ ਸਟੋਰ ਦੇ ਬਿਲਕੁਲ ਨਾਲ, ਉਹ ਸਿਮਾਂ ਸੇਲ ਕਰਦੇ ਨੇ। ਯਾਰ ਮੈਂ ਔਨਲਾਈਨ ਵੀ ਦੇਖਿਆ ਸੀ ਈ ਸਿਮ ਕਰ ਲਾਂ, ਪਰ ਜਿਹੜੀ ਮੈਂ ਕਰਨੀ ਸੀ 2-3 ਕੰਪਨੀਆਂ ਸੀ, ਅਤੇ ਉਹ ਇੱਥੇ ਐਪ ਹੀ ਡਾਊਨਲੋਡ ਨਹੀਂ ਹੋ ਰਹੀ, ਕਿਉਂਕਿ ਮੇਰਾ ਰੀਜਨ ਇੰਡੀਆ ਦਾ ਵਾ, ਇੰਡੀਆ ਵਾਲਿਆਂ ਨੇ ਬਲੋਕ ਕੀਤੀਆਂ ਸੀ ਉਹ ਐਪਾਂ, ਤਾਂ ਕਰਕੇ ਇੰਨੀ ਵੋਕ ਕਰਨੀ ਪੈ ਰਹੀ ਇੱਕ ਸਿਮ ਖਰੀਦਣ ਵਾਸਤੇ। ਇੱਕ ਵਾਰੀ ਸਿਮ ਲੈ ਲਾਂ ਫਿਰ ਥੋੜ੍ਹਾ ਨੈਟਵਰਕ ਆ ਜੂਗਾ, ਫਿਰ ਤਾਂ ਟਰੈਮ ਬੱਸਾਂ ਹੁਣ ਤਾਂ ਸਮਝ ਆ ਗਈਆਂ ਹੋਈਆਂ ਨੇ, ਕੋਈ ਇੰਨੀ ਵੱਡੀ ਗੱਲ ਨਹੀਂ। ਇੱਥੇ ਇੱਕ ਦਿਨ ਦੇ ਵਿੱਚ ਤੁਹਾਨੂੰ ਸਾਰਾ ਸਮੇਂ ਲੱਗ ਜੂਗਾ ਕਿ ਕਿੱਦਾਂ ਤੁਸੀਂ ਟਰੈਮ ਯੂਜ਼ ਕਰਨੀ ਆ, ਕਿੱਦਾਂ ਬੱਸ ਕਰਨੀ ਆ, ਕਿਹੜੀ ਟ੍ਰੇਨ 'ਤੇ ਜਾਣਾ ਵਾ, ਸਭ ਕੁਛ ਤੁਹਾਨੂੰ ਗੂਗਲ 'ਤੇ ਮਿਲ ਜਾਣਾ ਵਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਆਹ ਪਿੱਛੇ ਆ ਕਿੰਨੀਆਂ ਸੋਹਣੀਆਂ ਸੀਟਾਂ ਨੇ ਯਾਰ, ਆਹ ਦੇਖਿਓ। ਹੁਣ ਦੁਬਾਰਾ ਆਪਣੇ ਹੋਟਲ ਵੱਲ ਜਾ ਰਿਹਾ ਵਾਂ, 3 ਕਿਲੋਮੀਟਰ ਇੱਧਰ ਆ ਗਏ। ਇੱਕ ਦੋ ਦਿਨ ਤਾਂ ਖੱਜਲ ਹੋਣਾ ਹੀ ਪੈਂਦਾ ਵਾ ਯਾਰ। ਮੈਂ ਕਿਹਾ ਅੰਦਰ ਇੱਥੋਂ ਕੁਛ ਖਾਤ ਲਈ ਆ, ਚੀਜ਼ ਵਾਲਾ ਕਰੋਜ਼ਰ ਲੈਣ ਲੱਗਾ ਵਾਂ। ਹੋਰ ਕੁਛ ਤਾਂ ਮੈਨੂੰ ਇੱਥੇ ਸਮਝ ਨਹੀਂ ਆ ਰਿਹਾ ਯਾਰ। ਸੋ ਇੱਕ ਕਰੋਜ਼ ਲੈਂਦੇ ਹਾਂ ਅਤੇ ਇੱਕ ਦੀ ਡਰਿੰਕ ਲੈ ਲੈਂਦੇ ਹਾਂ। ਯਾਰ ਮੈਨੂੰ ਹੁਣੇ ਪਤਾ ਲੱਗਿਆ ਕਿ ਆ ਜਿਹੜੇ ਮੈਂ ਸ਼ੋਪ 'ਚ ਆਇਆ ਵਾਂ, ਇਹ ਸਾਰੀ ਔਰਗੈਨਿਕ ਸ਼ੋਪ ਆ। ਸੋ ਤਾਂ ਹੀ ਮੈਨੂੰ ਇੱਥੇ ਕੋਈ ਕੋਲਡ ਡਰਿੰਕ ਨਹੀਂ ਦਿਖ ਰਹੀ, ਨਾ ਹੀ ਰੈਡਬੁਲ ਦਿਖ ਰਹੀ ਆ। ਸੋ ਜਿੰਨੀਆਂ ਵੀ ਡਰਿੰਕ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹ ਸਾਰੀਆਂ ਔਰਗੈਨਿਕ ਆ। ਹੁਣ ਇੱਕ ਮੈਂ ਬਾਇਓ ਕੈਫੇ ਲੈਟੇ ਲਈ ਆ, ਕੈਪਚੀਨੋ ਲੈ ਕੋਸਟੇ ਫਰੀ, ਨਾਲ ਇੱਕ ਕਰੋਜ਼ੋ ਲਿਆ ਚੀਜ਼ ਵਾਲਾ। ਸੋ ਇੱਥੇ ਸਾਰੀਆਂ ਚੀਜ਼ਾਂ ਔਰਗੈਨਿਕ ਆ, ਕਿਆ ਬਾਤ ਹੈ ਯਾਰ। ਆ ਸਬਜ਼ੀਆਂ, ਆ ਸਾਰੇ ਫਰੂਟ, ਐਵਰੀਥਿੰਗ ਔਰਗੈਨਿਕ ਆ। ਸੋ ਇੱਥੋਂ ਸਿਮ ਮਿਲ ਜੇ ਯਾਰ ਬਸ, ਜਿਹੜੀ ਚੀਜ਼ ਆ। ਸੋ ਸਿਮ ਦਾ ਪਤਾ ਕਰਦਾ ਵਾਂ, ਸ਼ਾਇਦ ਮਿਲ ਜੇ, ਇਹ ਤਾਂ ਫਿਰ ਆ ਤਾਂ ਹੈ ਹੀ ਆ। ਔਰਗੈਨਿਕ ਕੌਫੀ ਅਤੇ ਇੱਕ ਆ ਕਰੋਜ਼ ਲਿਆ ਵਾ, ਇਹ ਪਏ ਆ 500 ਰੁਪਏ ਦੇ, 5.5 ਯੂਰੋ ਦੇ। ਹੁਣ ਆਹ ਖਾਂਦਾ ਵਾਂ, ਅਤੇ ਇੱਥੇ ਆ ਬੈਂਚ ਹੀ ਆ, ਟੁੱਟਾ ਜਾ ਹੀ ਥੋੜ੍ਹਾ। ਚਲੋ ਕੋਈ ਨਹੀਂ, ਬੈਠਣ ਨੂੰ ਜਗ੍ਹਾ ਤਾਂ ਮਿਲ ਗਈ, ਕਿਉਂਕਿ ਯਾਰ ਤੁਰ ਤੁਰ ਕੇ ਨਾ ਬੁਰੇ ਹਾਲ ਹੋ ਜਾਂਦੇ ਆ, ਕਿਉਂਕਿ ਇੱਥੇ ਪਤਾ ਹੀ ਨਹੀਂ ਲੱਗਦਾ ਤੁਸੀਂ ਕਿੰਨਾ ਜ਼ਿਆਦਾ ਤੁਰ ਲੈਂਦੇ ਹੋ ਚਾਹ ਦੇ ਵਿੱਚ। ਸੋ
ਕੋਈ ਗੱਲ ਨਹੀਂ। ਪਰ ਆਹ ਕੌਫੀ ਬਹੁਤ ਵਧੀਆ ਯਾਰ, ਬਾਇਓ ਕੈਫੇ ਲਾਟੇ ਬਹੁਤ ਘੈਂਟ ਆ। ਸੋ ਹੁਣ ਮੈਂ ਜਾ ਰਿਹਾ ਜੀ ਐਪਲ ਸਟੋਰ, ਜਿੱਥੋਂ ਮੈਂ ਸਿਮ ਬਾਏ ਕਰਨੀ ਆ। ਦੇਖ ਲਓ ਇਹ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਯਾਰ ਸਾਰੀ ਚੀਜ਼ਾਂ, ਕਿਉਂਕਿ ਜਦੋਂ ਬੰਦਾ ਨਵਾਂ ਨਵਾਂ ਕਿਸੇ ਦੇਸ਼ 'ਚ ਹੁੰਦਾ ਵਾ ਉਹਨੂੰ ਨਹੀਂ ਪਤਾ ਹੁੰਦਾ ਉਹ ਜਗ੍ਹਾ ਬਾਰੇ ਅਤੇ ਕਿੱਦਾਂ ਸਰਵਾਈਵ ਕਰਦਾ ਵਾ। ਸੋ ਉਹੀ ਮੈਂ ਕਰ ਰਿਹਾ ਵਾਂ। ਜੇ ਕੱਲ੍ਹ ਨੂੰ ਤੁਸੀਂ ਇੱਥੇ ਐਮਸਟਰਡਮ ਹੁੰਦੇ ਹੋ ਅਤੇ ਤੁਸੀਂ ਜੇ ਆਹ ਵਲੋਗ ਦੇਖਿਆ ਵਾ ਤਾਂ ਤੁਹਾਨੂੰ ਉਹ ਚੀਜ਼ਾਂ ਜ਼ਿਆਦਾ ਸਰਵਾਈਵ ਕਰਨ ਦੀ ਲੋੜ ਨਹੀਂ ਪਊਗੀ। ਤੁਹਾਨੂੰ ਪਤਾ ਹੋਊਗਾ ਕਿਹੜਾ ਗਰੋਸਰੀ ਸਟੋਰ ਆ, ਕਿਹੜਾ ਰਸਤਾ ਵਾ, ਬੱਸ ਕਿੱਦਾਂ ਆਪਾਂ ਉੱਥੋਂ ਲੈਣੀ ਆ, ਕਿੱਦਾਂ ਆਪਾਂ ਟਰੈਮ ਲੈਣੀ ਆ। ਸੋ ਟਰੈਮ ਬੱਸ ਟ੍ਰੇਨ ਦਾ ਤਾਂ ਸਾਰਾ ਗੂਗਲ ਮੈਪ 'ਤੇ ਹੈਗਾ, ਤੁਸੀਂ ਬਸ ਆਪਣਾ ਰੂਟ ਪਾਓ ਕਿੱਥੋਂ ਕਿੱਥੇ ਜਾਣਾ ਵਾ। ਸੋ ਉੱਥੇ ਸਾਰੀ ਆਪਸ਼ਨ ਆ ਜਾਂਦੀ ਹੈ, ਬਾਏ ਟਰੈਮ ਜਿਹਦੇ 'ਤੇ ਜਾਣਾ ਵਾ ਉੱਥੇ ਸਾਰੇ ਸਟੇਸ਼ਨ ਆ ਜਾਂਦੇ ਆ, ਨੰਬਰ ਆ ਜਾਂਦਾ ਟਰੈਮ ਦਾ, ਤਾਂ ਉਹਦੀ ਲੋਕੇਸ਼ਨ ਆ ਜਾਂਦੀ ਲਾਗੇ ਬੰਦੇ ਕੀ 400 ਮੀਟਰ ਇੱਧਰ ਵੋਕ ਆ ਉਹ ਸਾਰਾ। ਸੋ ਉਹ ਗੂਗਲ ਮੈਪ ਤਾਂ ਸਾਰਾ ਸੋਰਟ ਕਰ ਦਿੰਦਾ, ਪਰ ਗੂਗਲ ਮੈਪ ਚਲਾਉਣ ਵਾਸਤੇ ਤੁਹਾਨੂੰ ਸਿਮ ਦੀ ਲੋੜ ਪੈਂਦੀ ਆ। ਸੋ ਬਸ ਉਹ ਸਿਮ ਹੀ ਲੈਣ ਚੱਲਾਂ ਵਾ। ਅਤੇ ਉਸ ਤੋਂ ਤੁਹਾਨੂੰ ਦਿਖਾਉਣਾ ਕਿ ਕਿਹੜਾ ਕੈਨਲ ਕਰੂਜ਼ ਜਿਹੜਾ ਵਾ ਉਹ ਸਭ ਤੋਂ ਵਧੀਆ ਵਾ। ਆਹ ਸਟਰੀਟ 'ਤੇ ਮੈਂ ਤੁਰਦਾ ਤੁਰਦਾ ਜਾ ਰਿਹਾ ਸੀ ਅਤੇ ਇੱਥੇ ਨਾ ਆ ਪਾਰਕ ਆ ਛੋਟੀ ਜਿਹੀ, ਅਤੇ ਇਹਦੇ ਵਿੱਚ ਆ ਦੇਖੀ ਇੱਕਦਮ ਨਾ ਮੇਰੀ ਨਿਗਾਹ ਪਈ, ਮੈਂ ਕਿਹਾ ਯਾਰ ਇੰਨੀਆਂ ਵੱਡੀਆਂ ਵੱਡੀਆਂ ਇੱਥੇ ਆ ਛਿਪਕਲੀਆਂ, ਕੀ ਕਹਿੰਦੇ ਯਾਰ ਇਹਨੂੰ, ਜੇ ਅਚਾਨਕ ਤੁਸੀਂ ਇੱਧਰ ਨੂੰ ਵੇਖੋਗੇ ਨਾ ਤੁਹਾਨੂੰ ਐਂ ਲੱਗਣਾ ਅਸਲੀ ਨੇ। ਆ ਸਾਹਮਣੇ ਜੀ ਸਿਟੀ ਥੀਏਟਰ, ਕਿੰਨਾ ਵੱਡਾ ਥੀਏਟਰ ਹੈ ਯਾਰ। ਇਹ ਸਾਹਮਣੇ ਵੀ ਹੋਟਲ ਆ, ਹੁਣ ਮੈਂ ਬਸ ਐਪਲ ਸਟੋਰ ਲੱਭ ਰਿਹਾ ਵਾਂ। ਫਾਈਨਲੀ ਸਿਮ ਮਿਲ ਚੁੱਕੀ ਆ ਜੀ, ਅਨਲਿਮਿਟਡ ਡਾਟਾ ਲਿਆ ਵਾ। ਇਹ ਪਈ ਆ 65 ਯੂਰੋ ਦੀ, ਵੈਸੇ ਇੱਕ 30 ਯੂਰੋ ਦੀ ਸੀ, ਉਹਦੇ 25 GB ਸੀ। ਸੋ ਮੈਂ ਕਿਹਾ ਕਿਉਂ ਰਿਸਕ ਲੈਣਾ ਯਾਰ, ਫਿਰ ਡਾਟਾ ਮੁੱਕ ਜੂਗਾ, ਬਾਅਦ ਵਿੱਚ ਟੋਪ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਇਹਨਾਂ ਦਾ। ਸੋ ਤਾਂ ਕਰਕੇ ਅਨਲਿਮਿਟਡ ਸਿਮ ਸਹੀ ਆ। ਸੋ ਫਾਈਨਲੀ ਸਿਮ ਮਿਲ ਗਈ ਜੀ, ਹੁਣ ਚੱਲਦੇ ਆਪਾਂ ਕਰੂਜ਼ ਕੈਨਾਲ, ਕਰੂਜ਼ ਜਿੱਥੋਂ ਸਾਰਾ ਸਟਾਰਟ ਹੁੰਦਾ ਵਾ। ਸੋ ਟਰੈਮ ਲੈਣੀ ਪਹਿਲਾਂ, ਟਰੈਮ ਦੇ ਵਿੱਚ ਸਿਮ ਤੁਹਾਨੂੰ ਮਿਲੂਗੀ ਜਿਹੜੇ ਐਲਬਰਟ ਹਾਈਨ ਸਟੋਰ ਹੈ ਨਾ। ਸੋ ਉੱਥੇ ਤੁਹਾਨੂੰ ਕਈ ਸਟੋਰ ਤਾਂ ਨਹੀਂ ਹੁੰਦੀ ਪਰ ਕਈ ਸਟੋਰਾਂ 'ਚ ਤੁਹਾਨੂੰ ਸਿਮ ਮਿਲ ਜੂਗੀ। ਜੇ ਤੁਹਾਨੂੰ ਉੱਥੇ ਵੀ ਨਹੀਂ ਮਿਲਦੀ ਤਾਂ ਇੱਥੇ ਲਾ ਲਓ ਟਾਊਨ ਦੇ ਵਿੱਚ ਕਿਸੇ ਵੀ ਮੋਬਾਈਲ ਸਟੋਰ 'ਤੇ ਤੁਹਾਨੂੰ ਸਿਮ ਮਿਲ ਜੂਗੀ। ਹੁਣ ਆਪਾਂ ਕਰਦੇ ਹਾਂ ਟਰੈਮ, ਬੱਸ ਅਤੇ ਮੈਟਰੋ ਦੀ ਟਿਕਟ ਬੁੱਕ। ਸੋ ਵਨ ਡੇ ਪਾਸ ਲੈਂਦੇ ਹਾਂ 24 ਘੰਟਿਆਂ ਵਾਲਾ, 9 ਯੂਰੋ ਦਾ ਵਾ। ਸੋ 2 ਦਿਨ ਦਾ ਪਾਸ ਵੀ ਹੈਗਾ ਵਾ। ਸੋ ਮੈਂ ਸੋਚਿਆ ਸ਼ਾਇਦ 2 ਦਿਨ ਦਾ ਪਾਸ ਲੈ ਲਈ ਯਾਰ, ਜ਼ਿਆਦਾ ਵੈਲ ਐਂਡ ਗੁੱਡ ਰਹੂਗਾ ਕਿਉਂਕਿ ਕੱਲ੍ਹ ਦਿਨ ਵੀ ਇੱਥੇ ਹੀ ਹਾਂ। ਸੋ ਆਹ ਟਿਕਟ ਹੈ ਜੀ ਜਿਹੜੀ ਕਿ ਅਗਲੇ 48 ਆਵਰ ਚੱਲੂਗੀ, ਕਿਸੇ ਵੀ ਟ੍ਰੈਮ 'ਚ, ਕਿਸੇ ਵੀ ਬੱਸ 'ਚ, ਕਿਸੇ ਵੀ ਮੈਟਰੋ 'ਚ। ਓਹੋ ਫੋਕਸ ਹੋ ਜਾ, ਉਹ ਛੋਟੇ ਦੇਖ ਰਹੇ ਆ, ਨਾਮ ਪ੍ਰਨਾਊਂਸ ਕਰਨੇ ਇੰਨੇ ਔਖੇ ਜੇ। ਲੈ ਦਿਸ ਪਲੇਨ, ਸੋ ਪਹਿਲਾਂ ਬੈਠੀ ਥੋੜ੍ਹੀ ਦੇਰ, ਫਿਰ ਅੱਗੇ ਸਰਚ ਕਰਦੇ ਹਾਂ ਕਿ ਆਪਾਂ ਕਿੱਥੇ ਜਾਣਾ ਵਾ। ਹੋਏ ਹੁਣ ਮੈਂ ਟ੍ਰੈਮ ਲੈਣੀ ਆ ਸੈਂਟਰਲ ਸਟੇਸ਼ਨ ਵਾਲੀ, ਜਿਹੜੀ ਕਿ 2 ਮਿੰਟ 'ਚ ਆ ਰਹੀ ਆ, 12 ਨੰਬਰ ਟ੍ਰੈਮ ਆ। ਸੋ ਸਿੱਧੀ ਜਿੱਥੇ ਮੈਂ ਜਾਣਾ ਵਾ, ਸੋ 5-6 ਸਟੋਪ ਹੈਗੇ ਆ, ਸਿੱਧਾ ਉੱਥੋਂ ਉਤਾਰਨਾ ਵਾ, ਫਿਰ ਉੱਥੋਂ 400 ਮੀਟਰ ਦੀ ਵੋਕ ਆ। ਸੋ ਇੱਥੇ ਵੋਕ ਤਾਂ ਤੁਹਾਨੂੰ ਹਰ ਟ੍ਰੈਮ ਜਿੰਨੇ ਵੀ ਆ ਸਟੋਪ ਔਰ ਤੋਂ ਤੁਹਾਨੂੰ ਕਰਨੀ ਪੈਣੀ ਆ। ਸੋ ਵੋਕ ਜ਼ਰੂਰੀ ਆ ਕਿਉਂਕਿ ਮੋਸਟਲੀ ਲੋਕ ਇੱਥੇ ਵੋਕ ਹੀ ਕਰਦੇ ਆ ਜਾਂ ਸਾਈਕਲ ਚਲਾਉਂਦੇ ਆ। ਸੋ ਕੱਲ੍ਹ ਆਪਾਂ ਇੱਕ ਸਾਈਕਲ ਵੀ ਹਾਇਰ ਕਰਾਂਗੇ, ਸਾਈਕਲ 'ਤੇ ਘੁੰਮਾਂਗੇ ਥੋੜ੍ਹਾ। ਅੱਜ ਆਪਾਂ ਟ੍ਰੈਮ ਥੋੜ੍ਹੇ ਧੱਕੇ ਖਾ ਲਈਏ, ਬਸ ਧੱਕੇ ਖਾ ਲਈਏ। ਇੱਥੇ ਕਾਫੀ ਆ ਪੁਰਾਣੀਆਂ ਟ੍ਰੈਮਾਂ ਵੀ ਚੱਲਦੀਆਂ ਨੇ, ਇਹ ਪਤਾ ਨਹੀਂ ਹੁਣ ਕਿਹੜੇ ਰੂਟ ਨੂੰ ਜਾਂਦੀ ਆ, ਹੋਇਆ ਤਾਂ ਇਹਦੇ ਵਿੱਚ ਵੀ ਟਰੈਵਲ ਕਰਾਂਗੇ। ਬਾਹਰ ਯਾਰ ਨੇ ਜਿਹੜੀਆਂ ਪੁਰਾਣੀ ਚੀਜ਼ਾਂ ਨਾ ਉਹਨੂੰ ਸਾਂਭ ਕੇ ਰੱਖਦੇ ਕਿ ਟੂਰਿਸਟ ਅਟਰੈਕਟ ਹੁੰਦੇ ਨੇ ਕਿ ਪੁਰਾਣੀ ਚੀਜ਼ਾਂ ਨੇ। ਆਈ ਥਿੰਕ ਇਹ 70 ਦੀ ਹੋਣੀ ਆ,
ਸੋ ਇਹ ਵੀ ਵਧੀਆ ਗੱਲ ਹੈ। ਮੈਲਬਰਨ ਦੇ ਵਿੱਚ ਵੀ ਮੇਨ ਸਿਟੀ ਏਰੀਆ ਦੇ ਵਿੱਚ ਟਰੈਮਾਂ ਨਵੀਆਂ ਤਾਂ ਚੱਲਦੀਆਂ ਨੇ, ਪੁਰਾਣੀਆਂ ਵੀ ਚੱਲਦੀਆਂ ਨੇ, ਜੋ ਕਿ 40-50 ਸਾਲ ਪੁਰਾਣੀਆਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ, ਸੇਮ ਉਹੀ ਅੱਜ ਵੀ ਚੱਲਦੀਆਂ ਨੇ, ਸਿਰਫ ਟੂਰਿਸਟ ਅਟਰੈਕਟ ਕਰਨ ਵਾਸਤੇ ਵੀ ਟੂਰਿਸਟ ਆ ਕੇ ਦੇਖਦੇ ਯਾਰ ਇੰਨੀਆਂ ਪੁਰਾਣੀ ਚੀਜ਼ਾਂ ਵਧੀਆ ਲੱਗਦੀਆਂ ਨੇ। ਸੋ ਬਸ ਹੁਣ ਆਪਣੀ 12 ਨੰਬਰ ਟਰੈਮ ਦੀ ਵੇਟ ਕਰ ਰਿਹਾ ਵਾਂ, 15 ਮਿੰਟ ਵੇਟ ਕਰਨ ਤੋਂ ਬਾਅਦ ਟਰੈਮ ਆ ਗਈ ਹੋਈ ਆ 12 ਨੰਬਰ। ਓਹੋ ਕਾਰਡ ਕਿੱਥੇ ਗਿਆ? ਫਿਰ ਤੋਂ ਇੱਕ ਵਾਰੀ ਟਰੈਮ ਛੁੱਟ ਗਈ, ਮੇਰੇ ਕੋਲ ਦੋ ਟਿਕਟਾਂ ਸੀ ਯਾਰ, ਜਿਹੜੀ ਮੈਂ ਕੱਲ੍ਹ ਬਾਈ ਕੀਤੀ ਸੀ ਅਤੇ ਜਿਹੜੀ ਮੈਂ ਅੱਜ ਬਾਈ ਕੀਤੀ ਸੀ ਆਹ 15 ਯੂਰੋ ਵਾਲੀ, ਮੈਂ ਉਹ ਪੰਚ ਕਰਤੀ, ਉਹ ਤਾਂ ਇਨਵੇਲੇਡ ਆਈ। ਮੈਂ ਕਿਹਾ ਕਿਉਂ ਇਨਵੇਲੇਡ ਆ ਰਹੀ ਹੁੰਦੇ ਨੂੰ, ਗੇਟ ਬੰਦ ਹੋ ਗਏ, ਬੜੇ ਪੰਗੇ ਨੇ ਬਰੋ ਸੋਲੋ ਟਰੈਵਲ ਦੇ, ਨਹੀਂ ਸਮਝ ਲੱਗਦੀ, ਦੋ ਜਣੇ ਹੁੰਦੇ ਦੋ ਦਿਮਾਗ ਚੱਲਦੇ ਆ, ਇੱਦਾਂ ਇਕੱਲਾ ਹੀ ਦਿਮਾਗ ਚੱਲਦਾ ਵਾ। ਸੋ ਕੋਈ ਚੱਕਰ ਨਹੀਂ, ਹੌਲੀ ਹੌਲੀ, ਕੋਈ ਗੱਲ ਨਹੀਂ। ਟ੍ਰੈਮ ਦੇ ਵਿੱਚ ਬਹਿ ਗਿਆ ਹੋਇਆ ਵਾ, ਇੱਥੋਂ 7 ਮਿੰਟ ਦੀ ਰਾਈਡ ਆਈ। ਤੋ ਸਾਹਮਣੇ ਵਾਲੀ ਬਿਲਡਿੰਗ ਦੇਖੀ ਯਾਰ ਕਿੰਨੀ ਸੋਹਣੀ ਆ, ਐਮਸਟਰਡੈਮ ਦਾ ਜਿਹੜਾ ਇਨਫਰਾਸਟ੍ਰਕਚਰ ਆ ਯਾਰ, ਬਿਲਡਿੰਗਾਂ ਨੇ ਇੰਨੀਆਂ ਸੋਹਣੀਆਂ, ਘਰ ਇੰਨੇ ਸੋਹਣੇ ਬਣੇ ਹੋਏ ਆ, ਕੁਛ ਘਰ ਤਾਂ ਟਿਲਟ ਆ, ਟੇਢੇ ਆ, ਉਹ ਤੁਹਾਨੂੰ ਬਾਅਦ ਜਾ ਕੇ ਦਿਖਾਉਣਾ ਵਾ, ਕੁਛ ਘਰ ਐ ਟੇਢੇ ਹੋਏ ਪਏ ਆ ਕਰਕੇ, ਕਿੰਨੇ ਸੋਹਣੇ ਸੋਹਣੇ ਘਰ ਆ ਯਾਰ ਦੇਖਿਓ। ਯੂਰਪ ਦੀ ਵਾਈਬ ਵੀ ਵੱਖਰੀ ਆ, ਬਸ ਹੁਣ 5 ਮਿੰਟ ਟ੍ਰੈਮ ਚ ਧੱਕੇ ਖਾਣੇ ਆ, ਉਸ ਤੋਂ ਬਾਅਦ ਫਿਰ ਪੈਦਲ ਪੈਦਲ ਵੋਕ ਹੀ ਕਰਨੀ ਆ। ਤੇ ਜੇ ਤੁਸੀਂ ਯੂਰਪ ਆ ਰਹੇ ਹੋ ਤਾਂ ਵੋਕ ਦਾ ਸੋਚ ਕੇ ਆਏ ਕਿ ਵੋਕ ਬਹੁਤ ਜ਼ਿਆਦਾ ਕਰਨੀ ਪੈਣੀ ਹੈ, ਜ਼ਿਆਦਾ ਸਾਈਕਲ ਚਲਾਉਣਾ ਪੈਣਾ ਜਾਂ ਵੋਕ, ਫਿਰ ਪਬਲਿਕ ਟਰਾਂਸਪੋਰਟ ਤਾਂ ਹੈ ਹੀ ਧੱਕੇ ਖਾਣ, ਪਰ ਵਧੀਆ ਯਾਰ ਮਜ਼ਾ ਆਉਂਦਾ। ਨਵੀਂ ਜਗ੍ਹਾ ਆ ਕੇ ਜਿੱਥੇ ਕੁਛ ਨਾ ਪਤਾ ਹੋਵੇ, ਇੱਥੇ ਆ ਕੇ ਸਾਰੀਆਂ ਚੀਜ਼ਾਂ ਸਰਚ ਕਰਨੀਆਂ, ਥੋੜ੍ਹਾ ਸਟਰਗਲ ਕਰਨਾ, ਮਿਹਨਤ ਕਰਨੀ, ਜਿੱਥੇ ਪਤਾ ਹੋਵੇ ਸਾਰੀਆਂ ਚੀਜ਼ਾਂ, ਉੱਥੇ ਤਾਂ ਮਜ਼ਾ ਨਹੀਂ ਆਉਂਦਾ ਘੁੰਮਣ ਦਾ, ਸੋ ਇੱਥੇ ਕੋਈ ਚੀਜ਼ ਨਹੀਂ ਪਤਾ ਤਾਂ ਹੀ ਤਾਂ ਮਜ਼ਾ ਆ ਰਿਹਾ ਘੁੰਮਣ ਦਾ, ਸਰਚ ਕਰਨਾ ਕਿ ਇੱਕ ਹੋਰ ਸਪੋਰਟ ਲੈਣਾ, ਹੁਣ ਤਾਂ ਸੇਮ ਆ ਗਈ ਹੋਈ ਆ, ਹੁਣ ਤਾਂ ਕੋਈ ਚੱਕਰ ਹੀ ਨਹੀਂ ਆ। ਮੇਰਾ ਸਟੇਸ਼ਨ ਕਿਹੜਾ ਵਾ, ਤਾਂ ਅੱਗੇ ਨਾ ਚੱਲ ਜਾ। ਨਿਊ ਵੈਸਜਿਲ ਕੋਲਕ ਕੋਲਕ ਬੜੇ ਟਾਈਮ ਤੇ ਨਿਕਲਿਆ ਯਾਰ ਇਹੀ। ਮੈਨੂੰ ਕਹਿੰਦੇ ਕਿਸਮਤ, ਕਦੀ ਕਦੀ ਤੇ ਕਿਸਮਤ ਬਹੁਤ ਜ਼ਿਆਦਾ ਸਾਥ ਦਿੰਦੀ ਆ, ਕਈ ਵਾਰੀ ਤੇ ਬੇੜਾ ਹੀ ਬਹਿ ਜਾਂਦਾ। ਆ ਜਿਹੜੀ ਤੁਸੀਂ ਸਾਹਮਣੇ ਬਿਲਡਿੰਗ ਦੇਖ ਰਹੇ ਹੋ, ਇਹ ਹੈਗਾ ਇੱਥੋਂ ਦਾ ਸੈਂਟਰ ਸਟੇਸ਼ਨ ਯਾਰ, ਇਹਨਾਂ ਦੇ ਸਟੇਸ਼ਨ ਹੀ ਕਿੰਨੇ ਸੋਹਣੇ ਆ ਦੇਖਿਓ, ਕਿੰਨੀ ਸੋਹਣੀ ਬਿਲਡਿੰਗ ਆ, ਇਹ ਸਾਰਾ ਸੈਂਟਰ ਏਰੀਆ ਵਾ। ਹੁਣ ਕਨਾਲ ਕਰੂਜ਼ ਦੇ ਵਿੱਚ ਬੋਰਡ ਕਰਨ ਲੱਗੇ ਹਾਂ ਜੀ, ਇਹਦੀ
€23 ਦੀ ਟਿਕਟ ਆ, ਤੇ ਜੇ ਕੋਈ ਡਰਿੰਕ ਬਾਏ ਕਰਨੀ ਆ ਤਾਂ ਉਹ ਐਕਸਕਲੂਡ ਆ, ਕੋਈ ਆਪਣੀ ਮਰਜ਼ੀ ਨਾਲ ਡਰਿੰਕ ਬਾਏ ਕਰ ਸਕਦੇ ਆ। ਥੈਂਕ ਯੂ ਮੈਨ, ਨੋ ਪ੍ਰੋਬਲਮ, ਥੈਂਕ ਯੂ, ਹਾਏ, ਥੈਂਕ ਯੂ। ਇੱਕ ਉਹ ਬੰਦ ਵਾਲੀ ਯਾਰ ਉਹ ਸਾਹਮਣੇ ਜਿਵੇਂ ਆ, ਉਹ 'ਚ ਮਜ਼ਾ ਨਹੀਂ ਆਉਣਾ, ਇਹ ਤਾਂ ਓਪਨ ਹੋ ਗਈ ਫਿਰ ਹੀ ਘੁੰਮਣ 'ਚ ਮਜ਼ਾ ਆਉਣਾ ਵਾ, ਸੋ ਇਹਦੇ ਵਿੱਚ ਬੰਦੇ ਵੀ ਘੱਟ ਹੀ ਆ, ਸੋ ਵਧੀਆ ਟਾਈਮ 'ਤੇ ਮੈਨੂੰ ਇੱਥੇ ਬੋਰਡਿੰਗ ਹੋ ਗਈ ਆ, ਬੈਠਦੇ ਹਾਂ। ਬਾਕੀ ਇੱਥੇ ਟੈਗ ਸ਼ੈਗ ਸਾਰੇ ਹੈਗੇ ਆ, ਸੋ ਆਹ ਤਾਂ ਆਪਣੇ ਕਿਸੇ ਕੰਮ ਦਾ ਨਹੀਂ, ਜੇ ਕੋਈ ਮੁਹਿੱਤ ਹੋਈ ਤਾਂ ਉਹ ਜ਼ਰੂਰ ਸੋਚਾਂਗੇ ਪੀਣ ਦਾ। ਇਹ ਟਿਕਟ ਆ ਬਾਈਕ ਕਾਰਡ ਹੀ ਪੇ ਕਰਨੀ, ਕੈਸ਼ ਨਹੀਂ ਚੱਲਦਾ ਇੱਥੇ, ਸਭ ਕੁਛ ਬਾਈਕ ਕਾਰਡ ਹੀ। ਹੁਣ ਚੱਲਦੇ ਜੀ, ਇੱਕ ਡੇ ਰਾਈਡ ਹੈ ਕਰੂਜ਼ ਦੀ, ਕਾਫੀ ਐਕਸਪੀਰੀਅੰਸ ਕਰਦੇ। ਪਹਿਲਾਂ ਮੇਰਾ ਮਨ ਨਹੀਂ ਯਾਰ ਕਰਨ ਦਾ ਵੀ ਕਨਾਲ ਦੇ ਵਿੱਚ ਘੁੰਮਣਾ ਹੀ ਆ, ਪਰ ਜਦੋਂ ਮੈਨੂੰ ਆਹ ਦੇਖੀ ਓਪਨ ਵਾਲੀ, ਮੈਂ ਇਹਦੇ ਵਿੱਚ ਘੁੰਮਣਾ ਬਣਦਾ ਯਾਰ, ਸਾਰਾ ਇਹ ਟੂਰ ਕਰਾਉਣਗੇ ਲੱਗ ਬਣੇ ਦਾ। ਕਰੂਜ਼ ਰਾਈਡ ਸਟਾਰਟ ਹੋਣ ਵਾਲੀ ਆ, ਇੱਕੋ ਛੋਟੀਆਂ ਸ਼ਿਪਾਂ ਵੀ ਹੈਗੀਆਂ ਨੇ। My name is Tom. I will be your skipper for the next hour. Some safety things first. Don't put your hands around this. Today is my first day, so maybe we'll hit some walls. And don't go stand up the benches, because the bridges are really low. I'm living to the south of Amsterdam on a houseboat. So if you want some information about houseboats, I can help you. ਇਹ ਜਿਹੜੀ ਕਨਾਲ ਆ ਯਾਰ, ਕਈ ਜਗ੍ਹਾ ਤਾਂ ਬਹੁਤ ਜ਼ਿਆਦਾ ਗੰਦੀ, ਜਿਵੇਂ ਤੁਸੀਂ ਦੇਖ ਸਕਦੇ ਹੋ ਆਹ ਸਾਰੇ ਪੱਤੇ ਪੁੱਤੇ ਜਾਂ ਫੁੱਲ ਜਿਹੜੇ ਪੇੜਾਂ ਦੇ ਉਹ ਆਗੇ ਵਿੱਚ ਡਿੱਗੇ ਹੁੰਦੇ ਆ, ਅਤੇ ਕਹਿੰਦੇ ਆ ਕਿ ਆਹ ਕਨਾਲ ਦੇ 1 ਮੀਟਰ ਦੇ ਤੁਹਾਨੂੰ ਸਾਰੇ ਸਾਈਕਲ ਲੱਭਣਗੇ, ਕਿਉਂਕਿ ਜਿਹੜੇ ਸਾਈਕਲ ਪਾਰਕ ਹੁੰਦੇ ਕਨਾਲ ਦੇ ਲਾਗੇ ਬੰਨੇ, ਜੋ ਲੋਕ ਡਰੰਕ ਹੁੰਦੇ ਆ ਅਤੇ ਉਦੋਂ ਥੱਲੇ ਸੁੱਟ ਦਿੰਦੇ ਆ, ਤਾਂ ਕਨਾਲ ਦੇ ਵਿੱਚ ਤੁਹਾਨੂੰ ਸਾਈਕਲ ਬਹੁਤ ਜ਼ਿਆਦਾ ਮਿਲਣਗੇ, ਅਤੇ ਪਾਣੀ ਵੀ ਇੰਨਾ ਜ਼ਿਆਦਾ ਸਾਫ਼ ਨਹੀਂ ਆ। The Germans, they ordered everybody to send their bicycles to Germany so they could use the metal in their manufacturing. But people would protest it by throwing all their bikes. ਮੈਂ ਨਿੱਕ ਨੂੰ ਪੁੱਛ ਰਿਹਾ ਕਿ ਕਨਾਲ ਦੇ ਵਿੱਚ ਕਿੰਨੇ ਬਾਈਸਾਈਕਲ ਡਿੱਗੇ ਹੋਣੇ ਆ, ਤੇ ਲੋਕ ਕਿਉਂ ਸੁੱਟਦੇ ਆ, ਤੇ ਉਹ ਕਹਿੰਦੇ ਪਹਿਲਾਂ ਤਾਂ ਯਾਰ ਜਿਹੜੇ ਲੋਕੀ ਪੀਂਦੇ ਪੁੰਦੇ ਆ, ਹਨਾ ਡਰੰਕ ਹੁੰਦੇ ਆ, ਉਹ ਸੁੱਟ ਦਿੰਦੇ ਆ, ਫਿਰ ਇੱਥੇ ਹਵਾ ਬਹੁਤ ਤੇਜ਼ ਚੱਲਦੀ ਆ, ਹਵਾ ਕਰਕੇ ਵੀ ਡਿੱਗ ਜਾਂਦੇ ਆ, ਤੇ ਇੱਥੇ ਕੀ ਕਹਿੰਦੇ 2 ਸਾਈਕਲ ਫਿਸ਼ਰਮੈਨ ਆ ਜਿਹੜੇ ਕਿ ਕਨਾਲ ਦੇ ਵਿੱਚ ਸਾਈਕਲ ਕੱਢਦੇ, ਤੇ ਹਰ ਸਾਲ 15,000 ਸਾਈਕਲ ਆ ਕਨਾਲ ਦੇ ਵਿੱਚੋਂ ਕੱਢੇ ਜਾਂਦੇ ਆ, 15,000 ਸਾਈਕਲ, ਤੇ ਤੁਸੀਂ ਲਾ ਲਓ ਕਿ ਕਨਾਲ ਦੇ ਵਿੱਚ 15,000 ਕੱਢੇ ਜਾਂਦੇ ਨੇ, ਪੂਰੇ ਐਮਸਟਰਡਮ ਦੇ ਵਿੱਚ ਕਿੰਨੇ ਸਾਈਕਲ ਹੋਣਗੇ ਜਿਹੜੇ ਕਿ ਆ ਸੜਕਾਂ ਦੇ ਚੱਲਦੇ ਨੇ। ਇਹ ਸਾਹਮਣੇ ਹੈਗਾ ਜੀ ਵੋਚ ਟਾਵਰ, ਘੰਟਾ ਘਰ ਐਮਸਟਰਡਮ ਦਾ ਮੇਨ। ਇਹ ਪਹਿਲਾਂ ਸਾਰਾ ਜਿਵੇਂ ਉਹਨੂੰ ਪੋਰਟ ਕਹਿ ਦਿੰਦੇ, ਬੰਦਰਗਾਹ ਕਹਿ ਦਿੰਦੇ, ਉਹ ਏਰੀਆ ਸੀ, ਫਿਰ ਹੌਲੀ ਹੌਲੀ ਸਾਰਾ ਡਿਵੈਲਪ ਹੋਇਆ। ਤੇ ਇੱਥੇ ਨਾ ਕਈ ਘਰ ਨਾ ਤੁਸੀਂ ਦੇਖੋਗੇ ਕਿ ਟਿਲਟਰ ਨੇ ਥੋੜੇ ਟੇਢੇ ਨੇ, ਉਹ ਕਹਿੰਦੇ ਜਦੋਂ ਘਰ ਬਣੇ ਆ ਤੇ ਕਨਾਲ ਏਰੀਆ ਉਹ ਟਿਲਟ ਹੋ ਜਾਂਦੇ, ਤੇ ਉਹਦੇ ਵਿੱਚ ਅੰਦਰ ਸਪੋਰਟ ਪਾ ਕੇ ਉਹਨੂੰ ਖਿੱਚ ਕੇ ਤੇ ਉਹਨੂੰ ਸਟਰੋਂਗ ਕੀਤਾ ਜਾਂਦਾ ਵਾ, ਪਰ ਉਹ ਰਹਿੰਦੇ ਟਿਲਟ ਹੀ ਆ। ਤੇ ਐਮਸਟਰਡਮ ਦੇ ਵਿੱਚ ਜਿਹੜੀਆਂ ਹਾਊਸ ਬੋਟ ਹੁੰਦੇ ਨੇ ਉਹ ਕੁਝ ਅੱਗ ਨਹੀਂ ਹੁੰਦੀਆਂ ਨੇ, ਪ੍ਰੋਪਰ ਹਾਊਸ ਦੀ ਸ਼ੇਪ ਦੇ ਵਿੱਚ ਹੁੰਦੀਆਂ, ਜਿਹੜੇ ਇਹਨਾਂ ਦਾ ਬੋਟਮ ਹੁੰਦਾ ਵਾ ਉਹ ਕੰਕਰੀਟ ਦਾ ਹੁੰਦਾ ਵਾ, ਤੇ ਅਪਰ ਲੇਅਰ ਸਾਰੀ ਵੁਡਨ ਦੀ ਹੁੰਦੀ ਆ। ਸੋ ਕਾਫੀ ਵਧੀਆ ਯਾਰ ਕਨਾਲ ਟੂਰ, ਜੇ ਇੱਥੇ ਐਮਸਟਰਡਮ ਆਉਂਦੇ ਤਾਂ ਜ਼ਰੂਰ ਕਰਿਓ, ਬਹੁਤ ਕੁਛ ਤੁਹਾਨੂੰ ਨਵਾਂ ਇੱਥੇ ਦੇਖਣ ਨੂੰ ਮਿਲੂਗਾ, ਸੁਣਨ ਨੂੰ ਮਿਲੂਗਾ। ਸੋ ਕਾਫੀ ਵਧੀਆ ਐਕਸਪੀਰੀਅੰਸ ਹੈ ਯਾਰ, ਜਿਹੜੇ ਲੱਗ ਪੈਂਦੇ ਘਰ ਨੇ ਬਹੁਤ ਸੋਹਣੇ ਨੇ ਯਾਰ। ਆਹ ਦੇਖਿਓ, ਇੱਕ ਕੋਚੇ ਦੇ ਵਿੱਚ ਕਾਰਗੋ ਬੋਟਸ ਨੇ, ਕੁਛ ਫਿਸ਼ਿੰਗ ਵਾਲੀਆਂ ਬੋਟਸ ਆ, ਕੁਝ ਹਾਊਸ ਬੋਟਸ ਆ।
ਉਹ ਜਿਵੇਂ ਉਹ ਸਾਹਮਣੇ ਉਹ ਦੇਖੋ ਕੈਫੇ ਆ, ਉਹ ਥੋੜਾ ਜਿਹਾ ਇਧਰ ਨੂੰ ਟੇਢਾ ਵਾ, ਕੈਮਰੇ ਚ ਇੰਨਾ ਪਤਾ ਨਹੀਂ ਲੱਗ ਰਿਹਾ ਪਰ ਉਹ ਥੋੜਾ ਜਿਹਾ ਇੱਦਾਂ ਟੇਢਾ ਵਾ, ਉਹ ਦੇਖੋ ਸਿਰਫ ਇਹ ਨੀ ਕਾਫੀ ਘਰ ਵੀ ਏਦਾਂ ਟਿਲਟਡ ਨੇ ਸਾਈਡ ਨੂੰ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਛ ਘਰ ਜਿਹੜੇ ਹੈਗੇ ਇੱਥੇ ਐਮਸਟਰਡਮ ਦੇ ਟਿਲਟਡ ਨੇ, ਉਹ ਦੇਖੋ ਸਾਹਮਣੇ ਚੱਕ ਰਹੇ ਐ ਇੱਧਰ ਨੂੰ ਡਿੱਗੇ ਹੋਏ ਨੇ ਏਦਾਂ, ਪਰ ਉਹ ਕਹਿੰਦੇ ਕੋਈ ਸੇਫ ਆ, ਕੋਈ ਡਰਨ ਵਾਲੀ ਕੋਈ ਗੱਲ ਨਹੀਂ ਆ। ਉਹ ਚੱਕ very very marshy ground ਉਹ ਵਿੱਚ ਉਹਨਾਂ ਦੇ ਕਿੰਨੀ ਸਪੇਸ ਆਈ ਹੋਈ ਆ, ਉਹਨਾਂ ਨੇ ਵਿੱਚ ਕੁਝ ਫਿਲ ਕਰਕੇ ਤੇ ਸਪੋਰਟ ਦਿੱਤੀ ਹੋਈ ਆ, ਉਹ ਸਾਰੇ ਘਰ ਦਾ ਟਿਲਟਡ ਨੇ। ਇਹ ਇਹਨਾਂ ਦੀ ਲਾ ਲਓ ਕਿ ਇੱਕ ਮੇਨ ਟੂਰਿਸਟ ਅਟਰੈਕਸ਼ਨ ਆ, ਜਿਹੜੇ ਆਹ ਕਰੂਜ਼ ਸ਼ਿਪਾਂ ਹੈਗੀਆਂ ਨੇ ਇੱਥੋਂ ਸਾਰੀਆਂ ਮੁੜ ਕੇ ਆਉਂਦੀਆਂ ਨੇ, ਟੂਰਿਸਟ ਨੂੰ ਦਿਖਾਉਂਦੀਆਂ ਨੇ ਕੁਛ ਘਰ ਉਹਦੇ ਕੋਲ ਟੇਢੇ ਹੋਏ ਪਏ ਨੇ, ਪਰ ਡਿੱਗਣਗੇ ਨਹੀਂ ਕਦੀ, ਇਹਨਾਂ ਨੇ ਸਪੋਰਟ ਦਿੱਤੀ ਹੋਈ ਆ। ਆਹ ਜਿਹੜੀ ਕਨਾਲ ਆ, ਆਹ ਐਮਸਟਰਡਮ ਦੀ ਸਭ ਤੋਂ ਮਹਿੰਗੀ ਕਨਾਲ ਆ, ਇਹਦੇ ਲਾਗੇ ਬੰਨੇ ਜਿਹੜੇ ਘਰ ਆ ਉਹਨਾਂ ਦੀਆਂ ਵਿੰਡੋਆਂ ਕਾਫੀ ਵਾਈਡ ਆ ਨੋਰਮਲ ਘਰਾਂ ਨਾਲੋਂ, ਸੋ ਆਹ ਸਭ ਤੋਂ ਮਹਿੰਗਾ ਏਰੀਆ ਵਾ। ਅਤੇ ਗੱਡੀਆਂ ਤੋਂ ਆਈਡੀਆ ਲਾ ਸਕਦੇ ਯਾਰ, ਉਹ ਸਾਹਮਣੇ ਪੋਰਸ਼ ਲੱਗੀ ਹੋਈ ਆ, ਹੋਰ ਵੀ ਉਹ ਜੈਗਵਾਰ ਲੱਗੀ ਹੋਈ ਆ, ਤੇ ਆਹ ਸਭ ਤੋਂ ਮਹਿੰਗੀ ਕਨਾਲ ਆ ਐਮਸਟਰਡਮ ਦੀ, ਤੇ ਇੱਥੇ ਜਿਹੜੇ ਘਰ ਆ ਬਹੁਤ ਜ਼ਿਆਦਾ ਮਹਿੰਗੇ ਆ, ਤੇ ਨਾਲੇ ਅੰਦਰੋਂ ਖੁੱਲ੍ਹੇ ਵੀ ਕਾਫੀ ਨੇ। ਤੇ ਆਹ ਟਾਈਮ ਇਹਨਾਂ ਨੇ ਦੱਸਿਆ ਕਿ ਕਾਫੀ ਵਿੰਡੀ ਆ, ਠੰਡ ਲੱਗ ਰਹੀ ਆ, ਜੈਕਟ ਲੈ ਕੇ ਆਉਣੀ ਚਾਹੀਦੀ ਯਾਰ, ਇੱਥੇ ਕੁਛ ਨਹੀਂ ਪਤਾ ਵੈਦਰ ਦਾ ਕਦੋਂ ਵੈਦਰ ਚੇਂਜ ਹੋ ਜਾਏ, ਪਰ ਜਿਹੜੀ ਆ ਕਨਾਲ ਕਰੂਜ਼ ਆ ਬਹੁਤ ਹੀ ਜ਼ਿਆਦਾ ਵਧੀਆ ਯਾਰ, ਜੇ ਇੱਥੇ ਆਓ ਤਾਂ ਜ਼ਰੂਰ ਕਰੋ। ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਆ, ਆ ਮਾਈਕ ਲਾਇਆ ਤਾਂ ਕਰਕੇ ਪਤਾ ਲੱਗਣ ਦਿਆ, ਨਹੀਂ ਤਾਂ ਨੋਰਮਲ ਕੈਮਰੇ ਜੇ ਰਿਕਾਰਡ ਕਰਦਾ ਤਾਂ ਤੁਹਾਨੂੰ ਪਤਾ ਲੱਗਣਾ ਸੀ ਐਕਚੁਅਲ 'ਚ ਕਿੰਨੀ ਜ਼ਿਆਦਾ ਹਵਾ ਵਾ। ਯਾਰ ਹੁਣੇ ਮੈਨੂੰ ਨਿੱਕ ਨੇ ਦੱਸਿਆ ਵਾ ਕਿ ਆਹ ਜਿਹੜਾ ਸਾਹਮਣੇ ਹੋਟਲ ਆ ਨਾ, ਇੱਥੋਂ ਐਮਸਟਰਡਮ ਦਾ ਸਭ ਤੋਂ ਮਹਿੰਗਾ ਹੋਟਲ ਆ, ਅਤੇ ਉਹ ਜਿਹੜਾ ਵਾਈਟ ਬਿਲਡਿੰਗ ਨਾ ਉਹਦੇ ਵਿੱਚ ਇੱਕ ਰੂਮ ਆ, ਉਹ ਸਾਰੀ ਬਿਲਡਿੰਗ ਹੀ ਇੱਕ ਰੂਮ ਆ, ਅਤੇ ਉਹਦਾ ਪਰ ਨਾਈਟ ਦਾ ਜਿਹੜਾ ਰੈਂਟ ਆ ਉਹ ਹੈਗਾ ਵਾ 25,000 ਯੂਰੋ। ਇੱਥੇ ਇੰਨਾ ਖਾਸ ਕੀ ਹੈ ਯਾਰ, ਸਾਹਮਣੇ ਕੋਈ ਖਾਸ ਵਿਊ ਨਹੀਂ ਹੈਗਾ, ਪਰ ਆਹ ਐਮਸਟਰਡਮ ਦਾ ਸਭ ਤੋਂ ਮਹਿੰਗਾ ਹੋਟਲ ਆ, ਉਹਦਾ ਜਿਹੜੇ ਨੋਰਮਲ ਕਮਰੇ ਉਹ 500 ਯੂਰੋ ਪਰ ਨਾਈਟ 'ਤੇ ਮਿਲਦੇ ਆ। ਆ ਜਿਹੜਾ ਸਾਹਮਣੇ ਬ੍ਰਿਜ ਆ ਇਹ 1784 ਦੇ ਵਿੱਚ ਬਣਿਆ ਸੀ, ਅਤੇ ਆ ਸਟਿਲ ਵਰਕਿੰਗ 'ਚ ਆ, ਸਟਿਲ ਖੜ੍ਹਾ ਵਾ, ਕੋਈ ਚੱਕਰ ਹੀ ਨਹੀਂ ਆ, ਇਹ ਹਾਲੇ ਕਹਿੰਦੇ ਕਿ 400-500 ਸਾਲ ਇੱਧਰ ਰਹੂਗਾ, 1784 ਦਾ ਬਣਿਆ ਵਾ। ਕੁਛ ਕੁਛ ਏਰੀਏ ਤਾਂ ਕਾਫੀ ਵਾਈਡਰ ਆ ਜਿੱਥੇ ਕਨਾਲ ਕਾਫੀ ਚੌੜੀ ਆ, ਕਈ ਜਗ੍ਹਾ ਕਨਾਲ ਥੋੜ੍ਹੀ ਛੋਟੀ ਹੋ ਜਾਂਦੀ ਆ। ਅਤੇ ਕਰੂਜ਼ ਸ਼ਿਪ ਬੜੀ ਕਿਊਟ ਕਿਊਟ ਹੋ ਯਾਰ ਕਈ ਜਗ੍ਹਾ ਤਾਂ, ਆਹ ਦੇਖਿਓ ਇੱਕ ਇੱਥੇ ਆ ਛੋਟੀਆਂ ਗੱਡੀਆਂ ਬੜੀਆਂ ਜੀ ਆ ਵਾਲੀਆਂ, ਆ ਜਿਹੜਾ ਸਾਹਮਣੇ ਘਰ ਆ ਜਿਹਦੇ ਬਾਰੇ ਡੰਡਾ ਲੱਗਾ ਹੋਇਆ ਵਾ, ਇਹ ਹੈਗਾ ਇੱਥੋਂ ਦੀ ਮੇਅਰ ਦਾ ਘਰ ਆ, ਅਤੇ ਇੱਥੋਂ ਦੀ ਮੇਅਰ ਪਹਿਲੀ ਵਾਰੀ ਕੋਈ ਕੁੜੀ ਬਣੀ ਸੀ, ਸੋ ਉਹ ਪਿਛਲੇ 2 ਵਾਰੀ ਤੋਂ ਬਣਦੀ ਆ ਰਹੀ ਆ, ਜਦੋਂ ਇੱਥੇ ਹੁੰਦੀ ਆ ਤਾਂ ਉਦੋਂ ਝੰਡਾ ਫਿਰ ਬਾਹਰ ਲਹਿਰਾ ਦਿੰਦੇ ਆ, ਜਦੋਂ ਇੱਥੇ ਨਹੀਂ ਹੁੰਦੀ ਉਦੋਂ ਫਿਰ ਝੰਡਾ ਉਤਾਰ ਦਿੰਦੇ ਆ।
ਜਿਹੜੀ ਕਨਾਲ ਆ ਇਹ 3 ਮੀਟਰ ਡੂੰਗੀ ਆ, ਜਿਵੇਂ ਕਿ ਤੁਹਾਨੂੰ ਦੱਸ ਰਿਹਾ ਸੀ ਇਹ ਕਨਾਲ ਦੇ ਵਿੱਚ ਹਰ ਸਾਲ 15,000 ਸਾਈਕਲ ਕੱਢੇ ਜਾਂਦੇ ਆ। ਪਹਿਲੇ ਮੀਟਰ ਤੇ ਤੁਹਾਨੂੰ ਸਾਈਕਲ ਮਿਲਣਗੇ, ਦੂਜੇ ਮੀਟਰ ਤੇ ਹੋਰ ਥੋੜਾ ਬਹੁਤ ਗੰਦਗੀ ਮਿਲੂਗੀ, ਤੇ ਜਿਹੜਾ ਉੱਪਰਲਾ 1 ਮੀਟਰ ਪਾਣੀ ਆ ਉੱਥੇ ਸਾਰੀਆਂ ਜਿਹੜੀਆਂ ਕਰੂਜ਼ ਸ਼ਿਪਾਂ ਉਹ ਚੱਲਦੀਆਂ ਨੇ। ਤੇ ਇੱਥੇ ਐਮਸਟਰਡੈਮ ਦੇ ਵਿੱਚ 9,80,000 ਲੋਕ ਰਹਿੰਦੇ ਆ, ਤੇ ਜਿਹੜੀਆਂ ਸਾਈਕਲਾਂ ਵਾ ਉਹ 1.3 ਮਿਲੀਅਨ ਆ। ਵੀ ਜਿੰਨੇ ਲੋਕ ਰਹਿੰਦੇ ਆ ਉਸ ਤੋਂ ਵੀ ਲਾ ਲਓ ਕਿ 4 ਲੱਖ ਜ਼ਿਆਦਾ ਸਾਈਕਲਾਂ ਇੱਥੇ ਆਈਆਂ ਨੇ। ਸਾਈਕਲਾਂ ਬਹੁਤ ਜ਼ਿਆਦਾ ਯਾਰ, ਗੱਡੀਆਂ ਤਾਂ ਬਹੁਤ ਥੋੜ੍ਹੀਆਂ ਹੋਣੀਆਂ ਨੇ, ਕੁਛ ਹਜ਼ਾਰਾਂ 'ਚ ਹੀ ਹੋਣੀਆਂ ਨੇ, ਪਰ ਸਾਈਕਲ 1.3 ਮਿਲੀਅਨ। ਐਮਸਟਰਡੈਮ 'ਚ ਕੋਈ ਸਾਈਕਲ ਦੀ ਦੁਕਾਨ ਖੋਲ੍ਹ ਲਓ ਪੈਂਚਰਾਂ ਵਾਲੀ, ਇੱਥੇ ਸਾਈਕਲ ਦੇ ਟਾਇਰ ਕਿੰਨੇ ਪੈਂਚਰ ਹੁੰਦੇ ਹੋਣੇ ਯਾਰ, ਪੈਂਚਰ ਦੁਕਾਨ ਖੋਲ੍ਹ ਲਓ ਕਿੰਨਾ ਕੰਮ ਚੱਲੂਗਾ। ਐਮਸਟਰਡੈਮ ਦੇ ਵਿੱਚ ਇੱਕ ਘਰ ਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਛੋਟਾ ਵਾ, ਉਹ ਸਾਹਮਣੇ ਜਿੱਥੇ ਤੁਸੀਂ ਸਿਕਿਉਰਿਟੀ ਕੈਮਰਾ ਦੇਖ ਰਹੇ ਹੋ ਆਹ ਵਾਲਾ ਘਰ ਆ। ਆਹ ਨਿੱਕਾ ਜਿਹਾ ਘਰ ਆ, ਬਸ ਇੱਕ ਸਭ ਤੋਂ ਨੈਰੋ ਘਰ ਆ, ਸਿਰ ਬੂਹਾ ਖੁੱਲਦਾ ਫਿਰ ਪਿੱਛੇ ਜਾ ਕੇ ਸ਼ਾਇਦ ਹੈਗੇ ਆ ਕਮਰੇ, ਪਰ ਕਿੰਨਾ ਛੋਟਾ ਯਾਰ, ਆਈ ਥਿੰਕ ਇਹਦੀ ਵਿਡਥ 2 ਕੁ ਮੀਟਰ ਵੀ ਨਹੀਂ ਹੋਣੀ। ਆ ਏਰੀਆ ਵੀ ਕਿੰਨਾ ਸੋਹਣਾ ਯਾਰ, ਆ ਦੇਖੋ ਇੱਥੇ ਵੀ ਕਈ ਘਰ ਇਧਰ ਨੂੰ ਟਿਲਟ ਨੇ, ਪਰ ਡਰਨ ਵਾਲੀ ਕੋਈ ਗੱਲ ਨੀ, ਇੱਥੇ ਆ ਡਿੱਗਦੇ ਨੀ ਆ, ਏਦਾਂ ਹੀ ਆ। ਆ ਦੇਖੋ ਆ ਘਰ ਵੀ, ਹੁਣ ਕਿੰਗ ਡੇ ਤੋਂ ਬਾਅਦ ਆਈਡੀ ਸ਼ੇਪਾ ਇਹ ਸਾਰੀ ਕਨਾਲ ਸਾਫ਼ ਕਰਦੀ ਆ, ਜਿਵੇਂ ਆ ਸਾਰੇ ਪੱਤੇ ਪੁੱਤੇ ਫੁੱਲ ਫਲ ਡਿੱਗੇ ਹੁੰਦੇ ਆ, ਸੋ ਆਹ ਸਾਰੇ ਸਾਫ਼ ਕਰਦੇ ਆ, ਬੀਅਰ ਦੇ ਕੈਨ ਆ ਜੋ ਵੀ ਗੰਦ ਡਿੱਗਾ ਹੋਇਆ ਕਨਾਲ ਦੇ ਵਿੱਚ, ਸੋ ਆਹ ਸਾਰੇ ਸਾਫ਼ ਕਰਦੇ ਆ। ਆ ਜਿਹੜਾ ਤੁਸੀਂ ਸਾਹਮਣੇ ਘਰ ਦੇਖ ਰਹੇ ਹੋ ਇਹ 1590 'ਚ ਬਣਿਆ ਸੀ, ਅਤੇ ਆਹ ਸਟਿਲ ਯੂਜ਼ ਦੇ ਵਿੱਚ ਆ, ਵਿੱਚ ਲੋਕ ਰਹਿ ਰਹੇ ਨੇ 1590 ਦਾ, ਆਲਮੋਸਟ 450-500 ਸਾਲ ਪੁਰਾਣਾ ਘਰ। ਅਤੇ ਆਹ ਸਾਹਮਣੇ ਘਰ ਕਿੰਨੇ ਸੋਹਣੇ ਆ ਯਾਰ, ਆ ਦੇਖਿਓ ਡਿਫਰੈਂਟ ਕਲਰ ਆ, ਪਰ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ, ਕਿੰਨੇ ਸੋਹਣੇ ਲੱਗਦੇ ਨੇ ਲਾਈਨ ਦੇ ਵਿੱਚ। ਫਾਈਨਲੀ ਕਰੂਜ਼ ਟੂਰ ਸਾਡਾ ਖਤਮ ਹੋ ਚੁੱਕਿਆ ਵਾ, ਬਹੁਤ ਹੀ ਵਧੀਆ ਸੀ ਯਾਰ, ਬਹੁਤ ਹੀ ਮਜ਼ਾ ਆਇਆ। ਮੌਸਮ ਥੋੜ੍ਹਾ ਖਰਾਬ ਹੋ ਗਿਆ ਵਾ, ਪਰ ਵੈਰੀ ਗੁੱਡ ਸੀ, ਜਿੱਦਾਂ ਕਿੱਦਾਂ ਗੁੱਡ ਆ। 26 ਯੂਰੋ ਲੱਗੇ, 3 ਯੂਰੋ ਦਾ ਪਾਣੀ ਦਾ ਇੱਕ ਉਹ ਬੋਤਲ ਮਿਲੀ ਸੀ। ਓਕੇ, ਥੈਂਕ ਯੂ ਮੈਨ, ਥੈਂਕ ਯੂ ਮੈਨ, ਥੈਂਕ ਯੂ। ਬਹੁਤ ਘੈਂਟ ਟੂਰ ਸੀ ਯਾਰ, 26 ਯੂਰੋ ਦੇ ਵਿੱਚ, ਇੰਨਾ ਜ਼ਿਆਦਾ ਰਸ਼ ਵੀ ਨਹੀਂ ਸੀ ਸਾਡੇ ਉਹ ਕਰੂਜ਼ ਦੇ ਵਿੱਚ, ਸੋ ਵਧੀਆ ਇੰਜੋਏ ਹੋ ਗਿਆ। ਬਾਕੀ ਜਿਹੜੇ ਆਹ ਕਰੂਜ਼ ਨੇ ਇਹਦਾ 30 ਯੂਰੋ ਆ, ਉਹ ਵਾਲੀ ਦਾ ਥੋੜ੍ਹਾ ਘੱਟ ਆ, ਲਵਰਸ ਵਾਲੀ ਦਾ।